ਆਪਾਂ ਖਬਰਾਂ ਹੋਰ ਵੀ ਸੋਚਿਆ ਵੀ ਜਿਹੜੀ ਮੋਦੀ ਦੀ ਹਕੂਮਤ ਹੈ ਭਾਜਪਾ ਉਹਨੇ 3 ਆਰਡੀਨੈਂਸ ਜਾਰੀ ਕੀਤੇ ਨੇ ਜਿਹੜੇ ਕਿ ਕਿਸਾਨਾਂ ਦੀ ਮੌਤ ਦੇ ਸਿੱਧਮ ਸਿੱਧੇ ਬਰਾਂਟ ਨੇ ਵਿੱਚ ਵੱਡੀ ਪੱਧਰ ਦੇ ਲੋਕਾਂ ਨੂੰ ਇਹ ਹੋ ਰਿਹਾ ਵੀ ਯਾਰ ਆਰਡੀਨੈਂਸ ਆ ਜਾਏਗਾ ਜੇ ਆਪਾਂ ਫਿਰ ਇਹਨਾਂ ਦਾ ਕੀ ਕਰ ਸਕਦੇ ਹਾਂ ਇਹ ਗੌਰਮੈਂਟ ਦੇ ਹੱਥ ਲੱਭੇ ਹੁੰਦੇ ਨੇ ਇਹਨਾਂ ਨੂੰ ਭਰਾ ਦੋ ਆਪਾਂ ਕਿਵੇਂ ਮੋੜ ਸਕਦੇ ਹਾਂ ਆਪਣੇ ਜਥੇ ਬੰਦੇ ਅਧਿਕਾਰ ਚ ਵੱਢਿਆ ਹੋਇਆ ਆਪਾਂ ਪਹਿਲਾਂ ਵੀ 27 ਤਰੀਕ ਨੂੰ ਪੰਜਾਬ ਦੇ ਵਿੱਚ ਜਿੰਨੇ ਵੀ ਭਾਜਪਾ ਦੇ ਅਕਾਲੀਆਂ ਦੇ MLA ਨੇ MP ਨੇ ਉਹਨਾਂ ਦੇ ਭਰਾ ਦੋ ਆਪਾਂ ਦਰਾਂ ਦੇ ਉੱਤੇ ਗਏ ਸੀ ਉਹਨਾਂ ਨੂੰ ਇਹੀ ਗੱਲ ਦੱਸਣ ਗਏ ਜੀ ਵੀ ਜਿਹੜੇ 3 ਆਰਡੀਨੈਂਸ ਜਾਰੀ ਕੀਤੇ ਹੈ ਸਰਕਾਰ ਨੇ ਇਹ ਭਰਾਵੋ ਸਾਡੇ ਕਿਸਾਨਾਂ ਦੀ ਬਰਬਾਦੀ ਹੈ ਕਿਸਾਨ ਪਹਿਲੀ ਬਰਬਾਦ ਹੋਇਆ ਹੋਇਆ ਪਰ ਭਰਾਵੋ ਉਹਨਾਂ ਨੇ ਇਹ ਆਰਡੀਨੈਂਸ ਜਾਰੀ ਕਰਤੇ ਇਹਨਾਂ ਆਰਡੀਨੈਂਸਾਂ ਨੂੰ ਵਾਪਸ ਕਰਾਉਣ ਵਾਸਤੇ ਆਪਾਂ ਨੂੰ ਵੱਡੀ ਪੱਧਰ ਦੇ ਉੱਤੇ ਇਕੱਠ ਕਰਨੇ ਪੈਣਗੇ ਇਸ ਕੰਮ ਦੇ ਵਾਸਤੇ ਆਪਣੀ ਜਥੇਬੰਦੀ ਨੇ ਕਾਰਜ ਕੱਢਿਆ ਵੀ ਆਪਾਂ 4 ਦਿਨਾਂ ਦੇ 25-29 ਤਰੀਕ ਤੱਕ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਕਿਤੇ ਵੀ ਆਪਣੀ ਜਥੇਬੰਦੀ ਦੀਆਂ ਇਕਾਈਆਂ ਨੇ ਪਿੰਡ ਪਿੰਡ ਦੇ ਵਿੱਚ ਇਹ ਭਰਾਵੋ ਰੋਸ ਮੁਜ਼ਾਹਰੇ ਚੱਲ ਰਹੇ ਨੇ ਅੱਜ ਦੇ ਦਿਨ ਤੋਂ ਲਾ ਕੇ 29 ਤਰੀਕ ਤੱਕ ਇਹਨਾਂ ਨੇ ਚੱਲਣਾ ਇਹਦੇ ਵਿੱਚ ਭਰਾਵੋ ਆਪਾਂ ਨੂੰ ਬਹੁਤ ਵੱਡੀਆਂ ਗੱਲਾਂ ਦਾ ਪਤਾ ਲੱਗਣਾ ਹੈ ਜੇ ਆਪਣੀ ਜਥੇਬੰਦੀ ਅਸੀਂ ਕਿਤੇ ਸੰਘਰਸ਼ ਤੇਜ਼ ਕਰ ਲਏ ਇਹਦੇ ਨਾਲ ਭਰਾਵੋ ਆਪਾਂ ਨੂੰ ਲੋਕਾਂ ਦੀ ਰਾਏ ਵੀ ਮਿਲ ਜੂਗੀ ਆਪਣੇ ਨਗਰ ਦੇ ਵਿੱਚ ਆਪਾਂ ਅੱਜ ਬੈਠੇ ਹਾਂ ਵਧੀਆ ਖੁਸ਼ੀ ਹੈ ਵੀ ਯਾਰ ਵਧੀਆ ਆਪਾਂ ਪਹਿਲੇ ਦਿਨ ਹੀ ਆਪਣਾ ਵਧੀਆ ਇਕੱਠ ਹੈ ਵਧੀਆ ਆਪਾਂ ਇਹਨੂੰ ਗੱਲ ਨੂੰ ਸਮਝਦੇ ਹਾਂ ਪਰ ਭਰਾਵੋ ਆਹ ਇਕੱਠ ਦੇ ਨਾਲ ਸਰਨਾ ਨਹੀਂ ਇਹ ਸਾਰੇ ਨਗਰ ਦੇ ਵਿੱਚੋਂ ਮਾਵਾਂ ਭੈਣਾਂ ਦਾ ਆਉਣਾ ਵੀ ਜ਼ਰੂਰੀ ਹੈ